मदर इन लॉ बेटे छड़ के असि घर आ रहे थे टाइम हो गया सी साढ़े नौ दा जी मैं इन्हां नूं क्या रोटी नहीं बनानी हैगी इत्थे देख लो हाईवे ते मोस्टली कई ढाबे खुले होए ने तुहानूं पता होणा बिलकुल जी दो चार खुले होए ने मैं उत्थों ही आई हां ठीक है ਅੰਦੇ ਕਹਿੰਦੇ ਵੀ ਇਧਰ ਨੂੰ ਆਪਾਂ ਹੁਸ਼ਿਆਰਪੁਰ ਦਾ ਰੋਡ ਆ ਜੇ ਇੱਥੋਂ ਕੋਈ ਮਿਲ ਜਾਂਦਾ ਵਾ ਤੇ ਆਪਾਂ ਇੱਥੋਂ ਸਬਜ਼ੀ ਜਾਂ ਰੋਟੀ ਲੈ ਕੇ ਘਰ ਜਾ ਕੇ ਖਾਵੇ ਇਸ ਮਾਰਨਿੰਗ ਮੇਰੀ ਸ਼ਿਫਟ ਹੈਗੀ ਆ ਓਕੇ ਜੀ ਇੰਨੀ ਗੱਲ ਹੋਈ ਆ ਅਸੀਂ ਟਰਨ ਕੀਤਾ ਇਹਨਾਂ ਨੇ ਰੋਕਿਆ ਸਾਨੂੰ ਠੀਕ ਹੈ ਆ ਗੱਡੀ ਵੀ ਖੜੀ ਕੀਤੀ ਉਹ ਮੇਰੀ ਗੱਡੀ ਉਹ ਖੜੀ ਪਿੱਛੇ ਅੱਛਾ ਠੀਕ ਹੈ ਇਹਨਾਂ ਨੇ ਰੋਕਿਆ ਸਰ ਨੇ ਹਾਂਜੀ ਇਹ ਰੁਕੇ ਦੇਖੋ ਐਜ਼ ਅ ਵਾਈਫ ਇਹਨਾਂ ਨੂੰ ਮੈਨੂੰ ਕਿਹਾ ਤੁਸੀਂ ਅੰਤੂ ਅੰਦਰ ਬਹਿ ਜਾ ਮੈਂ ਗੱਲ ਕਰ ਲੈਣਾ ਵਾ ਠੀਕ ਹੈ ਜੀ ਸ਼ਾਇਦ ਇਹਨਾਂ ਨੂੰ ਮਿਸ ਗਲਤੀ ਹੋਈ ਕਿ ਅਸੀਂ ਦੋਨੇ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਅੱਛਾ ਜੀ ਜੋ ਸੱਚਾਈ ਮੈਂ ਉਹ ਦੱਸੂਗੀ ਠੀਕ ਹੈ ਜੀ ਇਹਨਾਂ ਨੇ ਰੋਕਿਆ ਉੱਥੇ ਪਿੱਛੇ ਹੀ ਖੜ ਕੇ ਆ ਜਿਹੜੇ ਸਰ ਨੇ ਚੌਂਕੀ ਇੰਚਾਰਜ ਨੇ ਮੈਨੂੰ ਨਹੀਂ ਪਤਾ ਕੌਣ ਨੇ ਸਰ ਮੈਨੂੰ ਨਾਮ ਵੀ ਇਹਨਾਂ ਦਾ ਪਤਾ ਨਹੀਂ ਅੱਛਾ ਜੀ ਇਹਨਾਂ ਨੇ ਇਹਨਾਂ ਨੂੰ ਸਿੱਧਾ ਤੂੰ ਤੜਾ ਬਾਕੀ ਸਰ ਨੇ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਪਿੱਛੇ ਦੋ ਸਰ ਨੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਹੈਗੀ ਸਿਰਫ ਆ ਸਰ ਆਏ ਇਹਨਾਂ ਨੇ ਚੱਕ ਕੇ ਇਹਨਾਂ ਨੂੰ ਥੱਪੜ ਮਾਰੇ ਮੈਂ ਇਦਾਂ ਵਿੱਚ ਆਈ ਮੇਰੇ ਮਾਰ ਮਾਰ ਖੂਨ ਕੱਢਿਆ ਯਾਰ ਦੇਖੋ ਥੱਪੜ ਮਾਰਿਆ ਠੀਕ ਹੈ ਨਾ ਤਾਂ ਇਹ ਡਰਿੰਕ ਕਰਦੇ ਆ ਸਪੋਰਟਸਮੈਨ ਨੇ ਅੱਛਾ ਜੀ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨੇ ਮੈਂ ਖੁਦ ਇੰਟਰਨੈਸ਼ਨਲ ਲੈਵਲ ਦੀ ਪਲੇਅਰ ਆ ਕਾਦੇ ਪਲੇਅਰ ਹੋ ਜੀ ਤੁਸੀਂ ਬਾਕਸਿੰਗ ਦੇ ਬਾਕਸਿੰਗ ਦੇ ਠੀਕ ਹੈ ਇਹ ਖੁਦ ਆਏ ਇੱਥੇ ਇਹਨਾਂ ਨੇ ਥੱਪੜ ਮਾਰਿਆ ਉਹ ਬਾਜ ਨੂੰ ਚੱਕ ਕੇ ਡੰਡਾ ਮਾਰਿਆ ਫਿਰ ਮੇਰੇ ਹਸਬੰਡ ਇੱਥੋਂ ਭੱਜੇਗਾ ਇਹਨਾਂ ਨੇ ਇੱਥੇ ਮੇਰੇ ਗਿੱਟ ਤੇ ਮਾਰੀ ਆ ਦੇਖ ਲਓ ਮੈਂ ਦਿਖਾ ਦੂੰਗੀ ਆ ਦੇਖ ਲਓ ਮੇਰੇ ਮਾਰੀ ਇਹਨਾਂ ਡੰਡੇ ਮਾਰੇ ਜਦ ਤੱਕ ਮੁਲਾਜ਼ਮ ਵਿੱਚ ਸਰ ਰਿਕੁਐਸਟ ਕਰਨੀ ਚੀਕਾਂ ਹੀ ਮਾਰ ਸਕਦੀ ਮੈਂ ਕੁਛ ਨਹੀਂ ਕਰ ਸਕਦੀ ਉਹ ਵੀ ਮੇਰੇ ਮੁਲਾਜ਼ਮ ਨੇ ਮੈਂ ਵੀ ਉਹਨਾਂ ਦੇ ਡਿਪਾਰਟਮੈਂਟ ਦਾ ਹਿੱਸਾ ਵਾਂ ਪਰ ਕਮ ਸੇ ਕਮ ਪੂਰੀ ਗੱਲ ਤਾਂ ਸੁਣ ਲਓ ਇਹ ਥੋੜਾ ਮਤਲਬ ਕਿ ਤੁਸੀਂ ਮਾਰਨਾ ਸ਼ੁਰੂ ਕਰਤਾ ਠੀਕ ਹੈ ਜੇ ਮੰਨ ਮੈਂ 1% ਉਹਨਾਂ ਦੀ ਕਹਿ ਦਿੰਦੀ ਇਹਨਾਂ ਦੀ ਗਲਤੀ ਆ ਠੀਕ ਹੈ ਮੈਂ ਹੱਥ ਜੋੜਤੇ ਸਰ ਜੋ ਵੀ ਹੈ ਤੁਸੀਂ ਗੱਲ ਕਰੋ ਬਟ ਉਸ ਵਕਤ ਸਰ ਨੇ ਵੀ ਡ੍ਰਿੰਕ ਕੀਤੀ ਹੋਈ ਹੈ ਇਹਨਾਂ ਦਾ ਮੁਲਾਜ਼ਾ ਕਰਾ ਲਓ ਤੇ ਉਹਨਾਂ ਦਾ ਮੁਲਾਜ਼ਾ ਕਰਾ ਲਓ ਬਸ ਗੱਲ ਮੈਂ ਇੰਨੀ ਗੱਲ ਕਹੂੰਗੀ ਬਾਜੀ ਕੋਈ ਗੱਲ ਨਹੀਂ ਸੀਗੀ ਇਹਨਾਂ ਨੇ ਗੱਡੀ ਦੀ ਚਾਬੀ ਕੱਢ ਲਈ ਵੈਰੀਫਾਈ ਕਰ ਰਹੇ ਸੀ ਕਿ ਨਹੀਂ ਮੈਮ ਆ ਬਿਨਾ ਗੱਲ ਤੇ ਤੁਹਾਨੂੰ ਮਾਰਨਾ ਸ਼ੁਰੂ ਕਰਤਾ ਨਾ ਨੇ ਗੱਲ ਕੀ ਹੋਈ ਇਹਨਾਂ ਦੋਨਾਂ ਦੀ ਆਪਸ 'ਚ ਗੱਲ ਹੋਈ ਆ ਸਰ ਕੀ ਗੱਲਬਾਤ ਹੋਈ ਜੀ ਸਰ ਜੀ ਮੇਰੀ ਗੱਲ ਸੁਣੋ ਮੈਨੂੰ ਸਰ ਕਹਿੰਦੇ ਵੀ ਇਦਾਂ ਕਿਦਾਂ ਦਾ ਖੜਤਾ ਮੈਂ ਹੁਣ ਮੈਂ ਨਾ ਬਾਹਰ ਨਿਕਲਿਆ ਬੈਲਟ ਨੂੰ ਮੈਂ ਐ ਕੀਤਾ ਬਸ ਕਿ ਤੂੰ ਐ ਕਰਨੂ ਕਹਿੰਦਾ ਚੋੜਾ ਕਰਨੂ ਹੁਣ ਪੈਂਦੇ ਨੇ ਚਪੇੜ ਮਾਰ ਜੀ ਬਸ ਇਹ ਤੋਂ ਗੱਲ ਵਿੱਚ ਪੇੜਾ ਮਾਰਦੇ ਮੈਂ ਡੰਡੇ ਡੁੰਡੇ ਆ ਵੇਖੋ ਜੀ ਸਰ ਸਾਨੂੰ ਇਹ ਨਹੀਂ ਪਤਾ ਸਾਨੂੰ ਥਾਲ ਦੁਆਲੇ ਕਿਸੇ ਨੇ ਕਾਲ ਕੀਤਾ ਅਸੀਂ ਡਾਇਰੈਕਟ ਸਰ ਨੂੰ ਕਾਲ ਕੀਤਾ ਹੁਣ ਸਾਨੂੰ ਪਤਾ ਨਹੀਂ ਕਿ ਮੌਕੇ ਤੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਬਟ ਅਸੀਂ ਮੌਕੇ ਤੇ ਪਹੁੰਚੇ ਕਿ ਇਸ ਦੇ ਰਿਲੇਟਡ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਰ ਪੂਰਾ ਪੈਗ ਲੱਗੇ ਹੋਏ ਇਹਨਾਂ ਦੇ ਮਾਰਨੇ ਸ਼ੁਰੂ ਕਰਦੇ ਆ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਗੱਲ ਪ੍ਰੋਪਰ ਬਾਜੀ ਵੈਰੀਫਾਈ ਕਰੋ ਜੋ ਅਸੀਂ ਗਲਤ ਹੈਗੇ ਆ ਮੈਂ ਖੁਦ ਹੱਥ ਜੋੜੇ ਗਲਤੀ ਮੰਨੂੰਗੀ ਵੀ ਹਾਂ ਮੇਰੀ ਗਲਤੀ ਹੈਗੀ ਪਰ ਅੱਜ ਗਲਤੀ ਨਹੀਂ ਸੀਗੀ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਠੀਕ ਹੈ ਉਹ ਮੇਰੇ ਹੀ ਮੁਲਾਜ਼ਮ ਨੇ ਠੀਕ ਹੈ ਮੈਂ ਉਹਨਾਂ ਦੀ ਜੂਨੀਅਰ ਆ ਇਸ ਵਕਤ ਇੱਥੇ ਪਰ ਲੇਕਿਨ ਗਲਤੀ ਅੱਜ ਸਰ ਦੀ ਸੀ ਠੀਕ ਹੈ ਹੁਣ ਕਿਉਂ ਉਹਨਾਂ ਨੇ ਆਪਣੀ ਨੰਬਰ ਪਲੇਟ ਕਿਉਂ ਨੇਮ ਪਲੇਟ ਕਿਉਂ ਲਾਤੀ ਆ ਮੈਂ ਲਾਈ ਹੋਈ ਹੈ ਨੇਮ ਪਲੇਟ ਪ੍ਰੋਪਰਲੀ ਵੈਰੀਫਾਈ ਕੋਈ ਨਹੀਂ ਜੀ ਕੋਈ ਨਾ ਕੋਈ ਨਾ ਕੋਈ ਨਹੀਂ ਬੰਕਰ ਗੱਲ ਕੋਈ ਨਹੀਂ ਛੱਡੋ ਹੱਥੋਂ ਪਾਈ ਹੱਥੋਂ ਉਹਨਾਂ ਨਾਲ ਆਹੋ ਮੈਂ 10 ਜਣਿਆਂ ਨਾਲ ਹੱਥੋਂ ਪਾਈ ਦੂੰਗਾ ਨਾ ਹੱਥੋਂ ਪਾਈ ਸਰ 6 ਬੰਦਿਆਂ ਦੇ ਨਾਲ अपने सखराज जी हुणी बाहर निकले असीं कहिंदे जी माता जी हुणां नूं छड्ड के आए आ अमृतसर ठीक है जी अमृतसर असीं छड्ड के आए आ इधर असीं खाणा लैण आ रहे सीगे सर हुणां ने पुछिया वी इधरों केड़ा अमृतसर दा रोड आ वी जिहड़ा तुसीं अमृतसरों छड्ड के आए आ ठीक है जी ठीक है जी इह बाहर हो के बाहर निकल के ਤੇ ਬੋਲਣ ਲੱਗ ਪਏ ਕਹਿੰਦੇ ਜੀ ਅਸੀਂ ਅੰਮ੍ਰਿਤਸਰ ਆਏ ਅਸੀਂ ਰੋਟੀ ਖਾਣ ਚੱਲੇ ਮਤਲਬ ਇਹਦੇ ਬਿਆਨ ਇਧਰ ਉਧਰ ਹੋਣੇ ਸ਼ੁਰੂ ਹੋ ਗਏ ਠੀਕ ਆ ਉਹ ਸਰ ਹੁਣਾਂ ਨੂੰ ਲੱਗਾ ਕਿ ਬਈ ਇਹ ਡਾਊਟਫੁਲ ਬੰਦੇ ਆ ਬਈ ਸਾਨੂੰ ਵੈਰੀਫਾਈ ਕਰਨੇ ਚਾਹੀਦੇ ਆ ਠੀਕ ਆ ਸਰ ਇਹਨਾਂ ਨੇ ਮੁੜ ਕੇ ਉਹਨਾਂ ਦਾ ਆਈ ਕਾਰਡ ਮੰਗਿਆ ਵਾ ਇਹ ਕਹਿੰਦੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਮੁਲਾਜ਼ਮ ਹੋ ਇਹ ਅੱਗੋਂ ਉਲਟਾ ਕਹਿੰਦਾ ਜੀ ਮੈਂ ਆਪਣਾ ਆਈ ਕਾਰਡ ਨਹੀਂ ਦਿਖਾਣਾ ਪਹਿਲਾਂ ਮੈਨੂੰ ਤੁਸੀਂ ਆਪਣਾ ਆਈ ਕਾਰਡ ਦਿਖਾਓ ਬਈ ਤੁਸੀਂ ਇੱਥੇ ਨਾਕਾ ਤੁਹਾਡਾ ਲੱਗਾ ਵੀ ਹੈ ਕਿ ਬਈ ਤੁਸੀਂ ਐਵੇਂ ਖੜੇ ਆ ਠੀਕ ਹੈ ਜੀ ਇਹਨੇ ਸਾਤੋਂ ਮਤਲਬ ਔਨ ਡਿਊਟੀ ਬੰਦੇ ਤੋਂ
आई कार्ड मंगया वा असि वेरीफाई करना चाहते सी असि इहनू आई कार्ड मंगया इहने अपना आई कार्ड नहीं दिखाया ए उल्टा सानू कहंदा सीगा भई आई कार्ड तुसी अपना दिखाओ ठीक है जी इन्ने दे विच ए फिर ਉਪਾਤਾਵਾ ਬੋਲਣ ਲੱਗ ਪਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਇੰਚਾਰਜ ਸਾਹਿਬ ਆ ਧਿਆਨ ਨਾਲ ਗੱਲ ਕਰ ਕਹਿੰਦਾ ਇੰਚਾਰਜ ਸਾਹਿਬ ਆ ਤੇ ਕਹਿੰਦਾ ਤੁਸੀਂ ਇੱਦਾਂ ਹੀ ਕਰੀ ਜਾਓਗੇ ਉਦਾਂ ਹੀ ਕਰੀ ਜਾਓਗੇ ਅਸੀਂ ਮੁਲਾਜ਼ਮ ਭਰਾ ਵਾਂ ਤੁਸੀਂ ਕਿਉਂ ਆ ਤੁਸੀਂ ਉਦਾਂ ਆ ਉਦਾਂ ਵਾਂ ਠੀਕ ਹੈ ਜੀ ਇੰਨੇ ਗੱਲ ਦੇ ਵਿੱਚ ਇਹ ਆ ਕੇ ਫਿਰ ਬੋਲਣ ਲੱਗ ਪਿਆ ਉੱਚਾ ਵੱਲੋਂ ਹੋਣ ਲੱਗ ਪਿਆ ਫਿਰ ਕਹਿੰਦੇ ਜੀ ਇਹਦੇ ਹੱਥਾਂ ਪਾਈ ਹੋ ਗਈ ਆ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਹੱਥਾਂ ਪਾਈ ਚ ਤੁਹਾਡੇ ਤੇ ਵੀ ਕੋਈ ਹਮਲਾ ਕੀਤਾ ਬਿਲਕੁਲ ਮੇਰੇ ਵੀ ਲੱਗੀ ਹੈ ਜੀ ਆਪਣੇ ਚੌਂਕੀ ਚਾਹ ਸਾਹਿਬ ਨੂੰ ਸਭ ਤੋਂ ਪਹਿਲਾਂ ਤੇ ਇਹਨੂੰ ਮਾਰਿਆ ਉਸ ਤੋਂ ਬਾਅਦ ਫਿਰ ਆਪਣੇ ਮੁਲਾਜ਼ਮਾਂ ਨੇ ਜਿਆ ਠੀਕ ਹੈ ਜੀ ਇਹ ਗੱਲਬਾਤ ਹੋਈ ਹੈ ਸਾਰੀ ਬਾਕੀ ਤੁਸੀਂ ਇਹਨਾਂ ਨਾਲ ਕਰ ਲਓ ਗੱਲ ਸਾਹਿਬ ਝੂਠ ਝੂਠ ਬੱਚੇ ਹੈਗੇ ਤੁਹਾਡੇ ਘਰ ਚ ਕਿ ਨਹੀਂ ਹੈਗੇ ਝੂਠ ਕਿਉਂ ਬੋਲੀ ਜਾਂਦੇ ਹੋ ਤੁਸੀਂ ਜੋ ਬੋਲਣ ਦਾ ਪਤਾ ਨਹੀਂ ਸਰ ਨੇ ਮਾਰਿਆ ਵਾ ਪਹਿਲਾਂ ਐਡਾ ਦਿਮਾਗ ਖਰਾਬ ਹੋਇਆ ਕਿ ਅੱਜੀ ਉਹ ਰੈਂਕ ਨੂੰ ਥੱਪੜ ਮਾਰ ਦੂਗਾ ਉਹ ਸਰ ਕਮ ਸੇ ਕਮ ਝੂਠ ਸਮਝ ਕੇ ਬੋਲੋ ਬੱਚੇ ਹੈਗੇ ਨਾ ਘਰ ਚ ਮੇਰਾ ਇੱਕ ਬੱਚਾ ਵਾ ਮੇਰਾ ਇੱਕ ਬੱਚਾ ਵਾ ਪਰਮਾਤਮਾ ਨੇ ਇੱਕੋ ਹੀ ਦਿੱਤਾ ਹੋਵੇ ਠੀਕ ਹੈ ਵੀ ਆਪਣੇ ਵਾਸਤੇ ਡਰ ਨਹੀਂ 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 ਸਰ ਤੁਸੀਂ ਗੱਲ ਤੋਂ ਉਹਨੂੰ ਬੋਲਣ ਦੀ ਅਕਲ ਦਿਖਾਓ ਚਪੇੜਾ ਮਾਰਦੇ ਪਹਿਲੀ ਗੱਲ ਤੁਹਾਡੀ ਗੱਲ ਦੀ ਟੈਨਸ਼ਨ ਸੀਗੀ ਵੀ ਮੈਂ ਇਹਦੀ ਗਰਲਫ੍ਰੈਂਡ ਆ ਠੀਕ ਹੈ ਮੈਨੂੰ ਸਰ ਪਤਾ ਵਾ ਮੈਂ ਵੀ ਮੁਲਾਜ਼ਮ ਆ 9 ਸਾਲ ਸ਼ਰਾਬ ਕਿਨੇ ਪੀਤੀ ਆ ਸ਼ਰਾਬ ਪੀਤੀ ਕਿ ਜਨਾਬ ਨੇ ਪੀਤੀ ਟੈਨਸ਼ਨ ਸ਼ਰਾਬ ਪੀਤੀ ਮਾਇਆ ਕਰਾਂਗੇ ਕੋਈ ਗੱਲ ਹੀ ਨਹੀਂ ਐਵੇਂ ਗੱਲ ਕਰੀ ਜਾਨੀ ਆ ਟੈਨਸ਼ਨ ਵੀ ਕੋਈ ਗੱਲ ਨਹੀਂ ਸਖਰਾਜ ਤੈਨੂੰ ਇੱਕ ਵਾਰ ਵੀ ਪੁੱਛਿਆ ਕਿ ਮੈਡਮ ਕੌਣ ਆ ਇੱਕ ਵਾਰ ਵੀ ਪੁੱਛਿਆ ਮੇਰੀ ਗੱਲ ਸੁਣ ਤੂੰ ਗੱਲ ਕੀ ਪੁੱਛੇ ਤੂੰ ਚਪੇੜਾ ਮਾਰਨ ਦਾ ਵੇ ਯਾਰ ਕਿਦਾਂ ਗੱਲਾਂ ਕਰੀ ਜਾਂਦੇ ਯਾਰ ਤੈਨੂੰ ਇੱਕ ਵਾਰ ਵੀ ਪੁੱਛਿਆ ਮੈਡਮ ਤੇਰਾ ਆਈ ਕਾਰਡ ਮੰਗਿਆ ਆਈ ਕਾਰਡ ਮੰਗਿਆ ਉਹ ਆਈ ਕਾਰਡ ਤੇ ਸਾਰਾ ਕੰਮ ਛੁੱਤਰ ਪਟੋਲਾ ਕਰਕੇ ਫੇਰ ਮੰਗਿਆ ਤੁਸੀਂ ਵੀਰੇ ਯਾਰ ਤੂੰ ਜੋਨ ਬਣਾਉਣਾ ਬਣਾ ਲੈ ਯਾਰ ਗੱਲ ਖਤਮ ਕਰ ਠੀਕ ਹੈ ਜੋ ਤੂੰ ਕਰਨਾ ਤੂੰ ਕਰ ਲਿਆ ਠੀਕ